ਹੈਲੋ ਜੀ ਵੈਲਕਮ ਟੂ ਮਾਈ ਚੈਨਲ ਤੀਰ ਮਸ਼ੀਨਰੀ ਸਟੋਰ ਤੇ ਅੱਜ ਵੀ ਜਿਹੜੀ ਵੀਡੀਓ ਆਪਣੀ ਉਹ ਐਫ ਫਾਈਬਰ ਦੇ ਫੈਨ ਦੀ ਕਿਸੇ ਵੀਰ ਦਾ ਮੈਨੂੰ ਵਟਸਐਪ ਤੇ ਮੈਸੇਜ ਆਇਆ ਸੀ ਕਹਿੰਦੇ ਜੀ ਸਾਨੂੰ ਫਾਈਬਰ ਦੇ ਫੈਨ ਚਾਹੀਦੇ ਨੇ ਦੋ ਪੀਸ ਚਾਹੀਦੇ ਨੇ ਉਹਨਾਂ ਕੋਲ ਦੋ ਟਰੈਕਟਰ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਪਹੁੰਚ ਜਾਣਗੇ ਉਹਨਾਂ ਨੇ ਮੈਨੂੰ ਇੱਕ ਜਿੰਨੀ ਮੈਂ ਅਮਾਉਂਟ ਦੱਸੀ ਉਹਨਾਂ ਨੇ ਮੈਨੂੰ ਗੂਗਲ ਪੇ ਕਰਤੀ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਫੈਨ ਉਹ ਪੈਕ ਕਰਕੇ ਆਪਾਂ ਕੁਝ ਰਾਤ ਭੇਜਨੇ ਆ ਗੁਜਰਾਤ ਤੋਂ ਆਇਆ ਵੀਰ ਤੇ ਫੈਨ ਦੇ ਵਿੱਚ ਕੀ ਕੀ ਹੋਇਆ ਹੁੰਦਾ ਮੈਂ ਤੁਹਾਨੂੰ ਇੱਕ ਵਾਰੀ ਖੋਲ ਕੇ ਚੈੱਕ ਕਰਾ ਦਿਨਾ ਫੈਨ ਕਿਵੇਂ ਆ ਕਿਦਾਂ ਦੀ ਲੁੱਕ ਆ ਕਿਹੜੇ ਕਲਰ ਦਾ ਹੁੰਦਾ ਤੇ ਇਹ 12 ਵੋਲਟ ਦਾ ਵੈਸੇ ਫੈਨ ਆ ਤੇ 12 ਇੰਚ ਦਾ ਵਾ ਕੰਪਨੀ ਜਿਹੜੀ ਇਹਦੀ ਹੈਗੀ ਆ ਉਹ ਐ ਪਾਸਿਓ ਪਾਸਿਓ ਦਾ ਫੈਨ ਆ ਖੋਲ ਕੇ ਇੱਕ ਵਾਰੀ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਅੰਦਰ ਇਹਦੇ ਕੀ ਕੀ ਸਮਾਨ ਹੁੰਦਾ ਤੇ ਕਿਵੇਂ ਇਹਦੀ ਫਿਟਿੰਗ ਵਗੈਰਾ ਹੋਣੀ ਆ ਤੇ ਮੈਨੂੰ ਹੁਣੇ ਦਿਖਾਣਾ ਆ ਇੱਕ ਪੱਤੀ ਹੁੰਦੀ ਹੈ ਜਿਹੜੀ ਆਪਾਂ ਤਾਰ ਲਗਾਣੀ ਹੁੰਦੀ ਆ ਇਹ ਫਾਈਬਰ ਦੇ ਆਪਾਂ ਫਿਟਿੰਗ ਕਰਨੀ ਹੁੰਦੀ ਆ ਤੇ ਉੱਥੇ ਹੀ ਆਪਣੀ ਵਾਇਰਿੰਗ ਵਗੈਰਾ ਕੀਤੀ ਹੁੰਦੀ ਆ ਫਾਈਬਰ ਦੇ ਵਿੱਚ ਤੇ ਉੱਥੇ ਹੀ ਆਪਾਂ ਇਹਨੂੰ ਕਨੈਕਟ ਕਰਨਾ ਨਾਲ ਹੀ ਆਨਲਾਈਨ ਆਰਡਰ ਵਾਸਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਵੀਡੀਓ ਦੇ ਵਿੱਚ ਹਰ ਵੀਡੀਓ ਦੇ ਵਿੱਚ ਮੈਂ ਤਕਰੀਬਨ ਦੀ ਨਈਆ ਨੰਬਰ ਤੇ ਹੁਣੇ ਦੇ ਅੰਦਰ ਮੈਂ ਤੁਹਾਨੂੰ ਦਿਖਾਣਾ ਇੱਕ ਪੱਤੀਆਂ ਵਗੈਰਾ ਹੁੰਦੀਆਂ ਵਾ ਆ ਬੋਲਟ ਵਗੈਰਾ ਹੁੰਦੇ ਨੇ ਜਿਹੜੇ ਇਹਦੇ ਨਾਲ ਫਿਟਿੰਗ ਹੋਣੀ ਹੁੰਦੀ ਆ ਇਹਦੇ ਨਾਲ ਹੀ ਆਪਾਂ ਜਿਹੜਾ ਫਾਈਬਰ ਆ ਫਾਈਬਰ ਦੇ ਵਿੱਚ ਜਿਹੜਾ ਫੈਨ ਆ ਪੱਕਸਣਾ ਉਹ ਆ ਗਟੀਆਂ ਵਗੈਰਾ ਨਾਲ ਲੱਗਣੀ ਹੁੰਦੀ ਆ ਹੋਣਾ ਪਏ ਦੀ ਪੈਕਿੰਗ ਕਰਾਂਗੇ ਤੇ ਪੈਕ ਕਰਕੇ ਫਿਰ ਆਪਾਂ ਇਹਨੂੰ ਕੋਰੀਅਰ ਕਰਾਉਣ ਭੇਜਾਂਗੇ ਕੋਰੀਅਰ ਇਹ ਕਿਸੇ ਪਿੰਡ ਪੁੰਡ ਦਾ ਵਾ ਤੇ ਇਸ ਕਰਕੇ ਇਹਨੂੰ ਆਪਾਂ ਸਪੀਡ ਪੋਸਟ ਤੇ ਭੇਜਾਂਗੇ ਟਰੈਕਨ ਕੋਰੀਅਰ ਨਹੀਂ ਜਾਏਗਾ ਤੇ ਸਪੀਡ ਪੋਸਟ ਕਰਵਾ ਕੇ ਫਿਰ ਆਪਾਂ ਇਹਨਾਂ ਨੂੰ ਨਾਲ ਹੀ ਜਿਹੜਾ ਟਰੈਕਿੰਗ ਨੰਬਰ ਹੁੰਦਾ ਇਹਦੀ ਸਲੈਪ ਮਿਲਦੀ ਆਪਾਂ ਨੂੰ ਉਥੋਂ ਉਹ ਆਪਾਂ ਇਹਨਾਂ ਨੂੰ ਸੈਂਡ ਵੀ ਕਰ ਦਾਂਗੇ ਤੇ ਤੁਹਾਨੂੰ ਵੀ ਦਿਖਾ ਦਵਾਂਗੇ ਹੁਣ ਆਪਾਂ ਇਹਦੀ ਪੈਕਿੰਗ ਕਰਦੇ ਹਾਂ ਪੈਕਿੰਗ ਇਹ ਗੱਤੈ ਨੂੰ ਮੈਂ ਤਾਂ ਥੋੜਾ ਜਿਹਾ ਵਾਟ ਰਿਆਂ ਤਾਂ ਕਿ ਅੰਦਰੋਂ ਜਿਹੜੀ ਚੀਜ਼ ਹੈ ਹਿੱਲੇ ਨਾ ਕਿਉਂਕਿ ਜੇ ਪੱਖਾ ਹਿੱਲੂਗਾ ਤਾਂ ਫੇਰ ਉਹ ਕੋਰੀਅਰ ਵਾਲੇ ਅਕਸੈਪਟ ਨਹੀਂ ਕਰਦੇ ਕੋਰੀਅਰ ਨੂੰ ਜਿਹੜੀ ਵੀ ਪੈਕਿੰਗ ਕਰਨੀ ਆ ਉਹ ਹਿੱਲਣੀ ਨਹੀਂ ਚਾਹੀਦੀ ਆ ਹੁਣ ਆਪਾਂ ਵਧੀਆ ਤਰੀਕੇ ਨਾਲ ਨੂੰ ਸਾਰੀ ਅੰਦਰੋਂ ਮੈਂ ਇੱਕ ਇਹਦੇ ਫੋਮ ਵਗੈਰਾ ਲਗਾ ਦਿੱਤੀ ਆ ਦੋਨੋਂ ਪਾਸੇ ਤੇ ਹੁਣ ਆਪਾਂ ਇਹਨੂੰ ਪੈਕਿੰਗ ਕਰਨਾ ਵਾ ਟੇਪ ਦੇ ਨਾਲ ਦੋਨੋਂ ਪੱਖਿਆਂ ਨੂੰ ਆਪਾਂ ਟੇਪ ਦੇ ਜਿਹੜੇ ਪੂਰਾ ਰੈਪ ਕਰ ਦੇਣਾ ਟੇਪ ਦੇ ਨਾਲ ਹੀ ਡਿਲੀਵਰੀ ਜਿਹੜੇ ਚਾਰਜੀਸ ਆ ਉਹ ਸਾਰਿਆਂ ਪ੍ਰੋਡਕਟ ਦੇ ਨਾਲ ਪੈਣਗੇ ਜੀ ਤੇ ਉਹ ਲੱਗਦ ਹੋਣਗੇ ਤੇ ਮੈਂ ਤੁਹਾਨੂੰ ਹੁਣ ਇਹਦੀ ਸਲਿੱਪ ਵੀ ਭੇਜਦਾ ਵਾਂ ਵੀ ਮੈਨੂੰ ਇਹਦੇ ਕਿੰਨੇ ਚਾਰਜਿਸ ਪਏ ਚਲੋ ਜਾਣਾ ਵੀ ਹੈ ਦੂਰ ਇਹਨਾਂ ਨੂੰ ਤਾਂ ਥੋੜੇ ਬਹੁਤੇ ਜ਼ਿਆਦਾ ਪੈਣੀ ਪੈਣੇ ਆ ਕੋਰੀਅਰ ਗੁਜਰਾਤ ਜਾਣਾ ਵਾ ਤੇ ਮੈਂ ਤੁਹਾਨੂੰ ਹੁਣ ਇਹਦੀ ਸਲਿੱਪ